सत श्री अकाल पंजाबियो, अज एक बार फिर तो बहुत अहम खबर लैके तुहाडे लई पेश होए हां। अज एक ऐसी खबर तुहानू सुनाउण जा रहे हां जिसनू सुणदे सार ही पंजाब दे लोकां दे पैरां हेठां तों जमीन निकल जावेगी। मोगे दे विच पैंदे पिंड तों एक अजीबो गरीब घटना निकल के सामने आई है, जिथे विआह दे सतवें फेरे तों बाद लाड़ी कोठे दी छत तों फरार हो गई। अते जदों इह गल दा पता लगा कि गल की सी तां पुलिस दे वी होश उड़ गए, क्योंकि कुड़ी किसे होर मुंडे नाल नहीं बल्कि किसी होर ही कारण करके कोठे की छत तो भज गई सी। पूरा मामला की है आओ तुहानू दसदे हाँ। शरदोपट्टी पिंड जो कि मोगे जिले विच पैंदा है, उत्थों दे नौजवान राहुल पुत्र राम कुमार का विआह प्रियंका शर्मा दे नाल तय होया। राहुल ने दस्सिया कि उन्हां दे रिश्ते दे लई अखबार दे विच इश्तिहार दिता होया सी, अते उत्थों ही इस रिश्ते बारे पता लग्या सी। जदों प्रियंका दे नाल रिश्ते बारे गल चली तां पता लग्या कि प्रियंका दे मां बाप नहीं हन अते उसनू चाचे ने ही पालिया है। रिश्ते वाले दिन बरात विच भी उस दे नाल पंज जने ही आए सन, जिस दे विच प्रियंका दा चाचा, मामा मामी अते दो होर लोग सन। विआह भी उन्होंने बहुत ही सादे तरीके दे नाल कीता। घरे पंडित बुला के 10 बंदियां दे विच सारियां रस्मां निभा दित्तियां। ਵਿਆਹ ਕੇ ਜਦੋਂ ਅਸੀਂ ਆਪਣੇ ਘਰ ਲੜਕੀ ਨੂੰ ਲੈ ਕੇ ਆਏ ਤਾਂ ਸਭ ਕੁਝ ਨੋਰਮਲ ਚੱਲ ਰਿਹਾ ਸੀ, ਸਾਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕ ਨਹੀਂ ਸੀ। ਰਾਤ ਨੂੰ ਜਦੋਂ ਅਸੀਂ ਕਮਰੇ ਵਿੱਚ ਗਏ ਤਾਂ ਉਸਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾਇਆ। 2-3 ਵਾਰ ਉਹ ਛੱਤ 'ਤੇ ਟਹਿਲਣ ਵਾਸਤੇ ਵੀ ਗਈ ਅਤੇ ਵਾਪਸ ਆ ਗਈ। ਇੱਕ ਵਾਰ ਤਾਂ ਉਸ ਨਾਲ ਮੈਂ ਖੁਦ ਵੀ ਗਿਆ। ਜਦੋਂ ਮੈਂ ਸੌਂ ਗਿਆ ਤਾਂ ਉਹ ਛੱਤ ਤੋਂ ਫਰਾਰ ਹੋ ਗਈ। ਕੁਝ ਸਮਾਂ ਬਾਅਦ ਜਦੋਂ ਮੈਂ ਦੇਖਿਆ ਤਾਂ ਉਹ ਕਿਤੇ ਵੀ ਨਾ ਲੱਭੀ, ਅਤੇ ਮੈਂ ਘਰ ਵਾਲੇ ਨੂੰ ਜਾਗ ਦੱਸਿਆ ਤਾਂ ਸਭ ਪਰੇਸ਼ਾਨ ਹੋ ਗਏ। ਅਸੀਂ ਹਜੇ ਉਸ ਨੂੰ ਲੱਭ ਹੀ ਰਹੇ ਸਾਂ ਕਿ ਸਵੇਰੇ 3 ਵਜੇ ਦੇ ਕਰੀਬ ਪੁਲਿਸ ਦੀ ਗੱਡੀ ਦਾ ਸਾਇਰਨ ਸੁਣਾਈ ਦਿੱਤਾ ਅਤੇ ਗੱਡੀ ਸਾਡੇ ਘਰ ਦੇ ਅੱਗੇ ਆ ਕੇ ਖੜ੍ਹੀ ਹੋ ਗਈ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਪ੍ਰਿਯੰਕਾ ਵੀ ਉਸ ਦੇ ਵਿੱਚੋਂ ਹੀ ਨਿਕਲੀ। ਪੁਲਿਸ ਨੇ ਦੱਸਿਆ ਕਿ 2:30 ਵਜੇ ਦੇ ਕਰੀਬ ਸੜਕ 'ਤੇ ਗਸਤ ਲਗਾਉਂਦੇ ਸਾਨੂੰ ਇਹ ਲੜਕੀ ਦਿਖਾਈ ਦਿੱਤੀ। ਸਾਨੂੰ ਦੇਖਦੇ ਹੀ ਇਸਨੇ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਇਸਦੇ ਕੋਲ ਇੱਕ ਬੈਗ ਵੀ ਹੈ। ਸ਼ੱਕ ਪੈਣ ਕਾਰਨ ਅਸੀਂ ਇਸ ਨੂੰ ਫੜ ਲਿਆ। ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਇੱਕ ਗਰੋਹ ਹੈ ਜੋ ਵਿਆਹ ਕਰਵਾ ਕੇ ਰਾਤ ਨੂੰ ਸੋਨਾ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦਾ ਹੈ। ਪੁਲਿਸ ਨੂੰ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਭਾਲ ਵੀ ਸੀ। ਪੁਲਿਸ ਨੇ ਦੱਸਿਆ ਕਿ ਇਸ ਲੜਕੀ ਨੇ ਪਹਿਲਾਂ ਵੀ 12 ਵਿਆਹ ਕਰਵਾਏ ਹਨ। ਪੁਲਿਸ 'ਤੇ ਜਦੋਂ ਦਬਾਅ ਬਣਿਆ ਤਾਂ ਪੁਲਿਸ ਨੇ ਉਸ ਦੇ 3 ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ, ਜਦੋਂ ਕਿ 2 ਫਰਾਰ ਹੋ ਗਏ। ਜਦੋਂ ਪ੍ਰਿਯੰਕਾ ਦਾ ਬੈਗ ਚੈੱਕ ਕੀਤਾ ਤਾਂ ਪਰਿਵਾਰ ਦੇ ਨਾਲ ਨਾਲ ਪੁਲਿਸ ਦੇ ਵੀ ਹੋਸ਼ ਉੱਡ ਗਏ, ਕਿਉਂਕਿ ਬੈਗ ਦੇ ਵਿੱਚੋਂ ਸੋਨੇ, ਗਹਿਣੇ ਅਤੇ ਪੈਸੇ ਤੋਂ ਇਲਾਵਾ ਇੱਕ ਪਿਸਟਲ ਅਤੇ 2 ਜ਼ਹਿਰ ਦੀਆਂ ਬੋਤਲਾਂ ਵੀ ਨਿਕਲੀਆਂ। ਕੁਝ ਦਿਨਾਂ ਬਾਅਦ ਛਾਣਬੀਣ ਤੋਂ ਪਤਾ ਚੱਲਿਆ ਕਿ ਇਸ ਗਰੋਹ ਨੇ ਇੱਕ ਜਗ੍ਹਾ 'ਤੇ ਪੂਰੇ ਟੱਬਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਹੁਣ ਲੜਕੇ ਦੇ ਪਰਿਵਾਰ ਨੇ ਇਸ ਗਰੋਹ ਦੇ 6 ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ। ਸੋ ਦੋਸਤੋ, ਵਿਆਹ ਕਰਵਾਉਣ ਤੋਂ ਪਹਿਲਾਂ ਛਾਣਬੀਣ ਚੰਗੀ ਤਰ੍ਹਾਂ ਕਰ ਲਵੋ ਕਿ ਜੀਵਨ ਸਾਥੀ ਕਿਹੋ ਜਿਹਾ ਹੈ। ਹੋਰ ਨਵੇਂ ਤੋਂ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤਹਿਲਕਾ ਪੰਜਾਬ ਦੇ ਨਾਲ ਜੁੜੇ ਰਹੋ। ਧੰਨਵਾਦ ਜੀ।